ਇਸ ਤੇ ਆ ਕਹਿ ਮਦ ਦੀ ਪਾਕਿਸਤਾਨੀ ਪੰਜਾਬੀ ਕਹਾਣੀ ਇੱਕ ਮੈਗਜ਼ੀਨ ਚਾਹੀਏ ਜਿਸ ਦਾ ਲਿਪੀਅੰਤਰ ਆਤਿਫ ਸ਼ਾ ਹੁਸੈਨ ਨੇ ਕੀਤਾ ਹੈ ਕਹਾਣੀ ਹੈ ਸ਼ੇਰ ਦੀ ਤਸਵੀਰ ਨਾਸ਼ਤਾ ਖਤਮ ਕਰਨ ਮਗਰੋਂ ਅਬੂ ਨੇ ਆਪਣਾ ਸੱਜਾ ਪੈਰ ਜੁੱਤੀ ਚ ਪਾਇਆ ਫਿਰ ਆਪਣਾ ਖੱਬਾ ਪੈਰ ਪਾਉਣਾ ਚਾਹਿਆ ਉਹਨਾਂ ਦਾ ਪੈਰ ਫਰਸ਼ ਨਾਲ ਟਕਰਾ ਗਿਆ ਖੱਬੇ ਪੈਰ ਦੀ ਜੁੱਤੀ ਨਹੀਂ ਸੀ ਇਕ ਵੀ ਅਜੀਬ ਗੱਲ ਨਹੀਂ ਸੀ ਘਰ 'ਚ ਚੀਜ਼ਾਂ ਦਾ ਇੱਧਰ-ਉੱਧਰ ਹੋ ਜਾਣਾ ਨਿਤ ਦਾ ਕੰਮ ਸੀ ਮੁੰਨੇ ਮੀਆਂ ਇਹ ਕੰਮ ਬੜੇ ਸੋਹਣੇ ਤਰੀਕੇ ਨਾਲ ਕਰ ਦਿੰਦੇ ਸਨ ਪਹਿਲੇ ਕਮਰੇ 'ਚ ਦੇਖਿਆ ਜੁੱਤੀ ਨਜ਼ਰ ਨਹੀਂ ਆਈ ਉਹਨਾਂ ਨੇ ਜੁੱਤੀ 'ਚ ਇੱਕ ਪੈਰ ਰੱਖਿਆ ਦੂਜਾ ਨੰਗਾ ਪੈਰ ਲਈ ਕਮਰੇ 'ਚੋਂ ਬਾਹਰ ਨਿਕਲੇ ਉਹਨਾਂ ਦੇ ਵੇੜੇ ਦੇ ਆਲੇ ਉਹਨਾਂ ਨੇ ਵੇੜੇ ਦੇ ਆਲੇ ਦੁਆਲੇ ਵੇਖਿਆ ਉੱਥੇ ਜੁੱਤੀ ਨਹੀਂ ਸੀ ਉਹ ਕਾਲੀ ਨਾਲ ਸਾਡੇ ਕਮਰੇ 'ਚ ਆਏ ਜੁੱਤੀ ਇੱਥੇ ਵੀ ਨਹੀਂ ਸੀ ਉਹਨਾਂ ਦੀ ਹੈਰਾਨਗੀ ਭਰੀ ਆਵਾਜ਼ ਆਈ بیگم ਮੇਰੀ ਇੱਕ ਜੁੱਤੀ ਗਾਇਬ ਹੈ ਤੁਸੀਂ ਦਫ਼ਤਰ ਭੁੱਲ ਗਏ ਹੋਗੇ ਅੰਮੀ ਜਾਨ ਦੀ ਆਵਾਜ਼ ਸੁਣਾਈ ਦਿੱਤੀ ਮੈਂ ਜੁੱਤੀ ਦੀ ਗੱਲ ਕਰ ਰਿਹਾ ਉਹਨਾਂ ਨੇ ਮੂੰਹ ਬਣਾਇਆ ਤੁਹਾਡਾ ਮਤਲਬ ਹੈ ਅੱਬੂ ਤੁਸੀਂ ਦੋਵੇਂ ਜੁੱਤੀਆਂ ਹੀ ਦਫ਼ਤਰ 'ਚ ਭੁੱਲ ਸਕਦੇ ਹੋ ਮੁੰਨੇ ਨੇ ਹੈਰਾਨੀ ਨਾਲ ਕਿਹਾ ਅੱਬੂ ਨੂੰ ਹਾਸਾ ਆ ਗਿਆ ਅਸੀਂ ਸਾਰੇ ਵੀ ਮੁਸਕਰਾਏ ਬਿਨਾ ਰਹਿ ਨਾ ਸਕੇ ਕੀ ਹੋਇਆ ਅੱਬੂ ਜੀ ਭਾਈ ਜਾਨ ਨੇ ਮੰਜੇ ਤੋਂ ਉਤਰਦਿਆਂ ਕਿਹਾ ਮੇਰੀ ਇੱਕ ਜੁੱਤੀ ਗੁੰਮ ਹੈ ਚਿੰਤਾ ਦੀ ਕੀ ਗੱਲ ਹੈ ਮੁੰਨੇ ਮੀਆਂ ਦਾ ਕੰਨ ਮਰੋੜਨਾ ਸ਼ੁਰੂ ਕਰਦੇ ਹੋ ਉਹ ਛੱਟ ਜੁੱਤੀ ਉਗਲ ਦੇਗਾ ਭਾਈ ਜਾਨ ਨੇ ਤੁਰੰਤ ਚੰਗੀ ਸਲਾਹ ਦਿੱਤੀ ਉਗਲ ਦੇਗਾ ਮੈਂ ਹੈਰਾਨੀ ਨਾਲ ਕਿਹਾ ਨਹੀਂ ਇਹ ਉਗਲ ਦੇਗਾ ਕਿ ਇਹਨੇ ਜੁੱਤੀ ਕਿੱਥੇ ਲੁਕਾਈ ਹੈ ਮੈਂ ਕਿਉਂ ਲੁਕਾਵਾਂਗਾ ਜੁੱਤੀ ਮੁੰਨੇ ਮੀਆਂ ਨੇ ਛੱਟ ਗਿਆ ਓਹ ਹੋ ਮੈਨੂੰ ਦੇਰ ਹੋ ਰਹੀ ਹੈ ਕੱਲ ਵੀ ਮੈਂ 5 ਮਿੰਟ ਦੇਰੀ ਨਾਲ ਦਫ਼ਤਰ ਪਹੁੰਚਿਆ ਸੀ ਮੁਖ ਅਫਸਰ ਨੇ ਮੈਨੂੰ ਬਹੁਤ ਗੱਲਾਂ ਸੁਣਾਈਆਂ ਤੁਹਾਡੀ ਇੱਕ ਜੁੱਤੀ ਲੁਕਾਉਣ ਦੀ ਕਿਸੇ ਨੂੰ ਕੀ ਲੋੜ ਸੀ ਉਹ ਵੀ ਦਫਤਰ ਵੇਲੇ ਫਿਰ ਜੁੱਤੀ ਗਈ ਤਾਂ ਗਈ ਕਿੱਥੇ ਉਹਦੇ ਪੈਰ ਤਾਂ ਨਹੀਂ ਸਨ ਕਿ ਬਾਹਰ ਸੈਰ ਕਰਨ ਲਈ ਨਿਕਲ ਗਈ ਹੋਵੇ ਉਹਦੇ ਖੰਭ ਵੀ ਨਹੀਂ ਸਨ ਕਿ ਉਹ ਫੁਰਰ ਕਰਕੇ ਉੱਡਿਆ ਤੇ ਬਾਗ 'ਚ ਕਿਸੇ ਦਰਖਤ ਦੀ ਟਹਿਣੀ ਤੇ ਜਾ ਬੈਠਾ ਉਹ ਹਾਂ ਅਸੀਂ ਬਾਗ 'ਚ ਤਾਂ ਵੇਖਿਆ ਹੀ ਨਹੀਂ ਬਬੂ ਉੱਜੀ ਵਾਸਤੇ ਬੋਲੇ ਹੁਣ ਸਾਰੇ ਬਾਗਵਲ ਭਜੇ ਇਧਰ ਉਧਰ ਦੇਖਿਆ ਪਰ ਜੁੱਤੀ ਦਾ ਨਾਂ ਕਿਤੇ ਨਹੀਂ ਸੀ ਹੈਰਾਨੀ ਵਾਲੀ ਗੱਲ ਹੈ ਉਹਨੂੰ ਧਰਤੀ ਖਾ ਗਈ ਜਾਂ ਅਸਮਾਨ 'ਨੇ ਨਿਕਲ ਲਿਆ ਅਬੂ ਤੁਸੀਂ ਮੇਰੀ ਜੁੱਤੀ ਪਾ ਕੇ ਚਲੇ ਜਾਓ ਅਸੀਂ ਤਸੱਲੀ ਨਾਲ ਤੁਹਾਡੀ ਜੁੱਤੀ ਲੱਭਦੇ ਰਹਾਂਗੇ ਭਾਈ ਜਾਨ ਨੇ ਕਿਹਾ ਇਹ ਸਲਾਹ ਬਹੁਤ ਚੰਗੀ ਹੈ ਬਾਜੀ ਨੇ ਤੁਰੰਤ ਕਿਹਾ ਚਲੋ ਠੀਕ ਹੈ ਉਹ ਭਰਾ ਦੀ ਜੁੱਤੀ ਪਾ ਕੇ ਚਲੇ ਗਏ ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਸੱਚਮੁੱਚ ਤਸੱਲੀ ਬਖਸ਼ ਢੰਗ ਨਾਲ ਉਹਨਾਂ ਦੀ ਜੁੱਤੀ ਦੀ ਭਾਲ ਕੀਤੀ ਪਰ ਪੂਰੇ ਘਰ 'ਚ ਜੁੱਤੀ ਕਿਤੇ ਵੀ ਨਾ ਮਿਲੀ ਹੁਣ ਸਾਰਿਆਂ ਦਾ ਬੁਰਾ ਹਾਲ ਸੀ ਕਿ ਕਿਦਰੇ ਅੱਬੂ ਆਪਣੀ ਜੁੱਤੀ ਦਫ਼ਤਰ ਹੀ ਨਾ ਭੁੱਲਾਏ ਹੁਣ ਮੈਂ ਬੋਲਿਆ ਤੇਰਾ ਦਿਮਾਗ ਤਾਂ ਨਹੀਂ ਖਰਾਬ ਰਾਣੀ ਮੇਰੇ ਵੱਲ ਘੂਰ ਕੇ ਦੇਖਿਆ ਮੈਂ ਸਹਿਮ ਗਿਆ ਹੁਣ ਸਾਰੇ ਸਿਰ ਜੋੜ ਕੇ ਬੈਠ ਗਏ ਤੇ ਸੋਚਣ ਲੱਗੇ ਇੰਨੇ ਚੰਮੀ ਦੀ ਆਵਾਜ਼ ਸੁਣਾਈ ਦਿੱਤੀ ਇਸ ਤਰ੍ਹਾਂ ਸਿਰ ਜੋੜ ਕੇ ਬੈਠਣ ਨਾਲ ਕੁਝ ਨਹੀਂ ਹੋਏਗਾ ਫਿਰ ਕੀ ਕਰੀਏ ਸਾਰੇ ਮੱਲੇ ਦੀ ਖੋਜ ਕਰੋ ਤੁਹਾਡੇ ਅੱਬੂ ਨੇ 400 ਰੁਪਏ ਦੀ ਖਰੀਦੀ ਸੀ ਜੁੱਤੀ 200 ਰੁਪਏ ਦੀ ਉਹ ਜੁੱਤੀ ਹੈ ਨਹੀਂ ਜੀ ਪੂਰੇ 400 ਰੁਪਏ ਦੀ ਕਿਉਂਕਿ ਇਸ ਤੋਂ ਬਿਨਾਂ ਦੂਜੀ ਜੁੱਤੀ ਵੀ ਬੇਕਾਰ ਹੈ ਤੇ ਬਾਜ਼ਾਰ ਚੋਂ ਇੱਕ ਜੁੱਤੀ ਨਹੀਂ ਮਿਲਦੀ ਕਿ ਅੱਬੂ ਜਾ ਕੇ ਉਹਦੇ ਨਾਲ ਦੀ ਦੂਜੀ ਜੁੱਤੀ ਲੈ ਆਉਣਗੇ ਬਾਜੀ ਨੇ ਜਲੇ ਘਟੇ ਅੰਦਾਜ਼ ਚ ਕਿਹਾ ਪਰ ਅੰਮੀ ਜੀ ਅਸੀਂ ਆਲੇ ਦੁਆਲੇ ਦੇ ਗਵੰਡੀਆਂ ਨੂੰ ਕੀ ਦੱਸਾਂਗੇ ਮੈਂ ਚਿੰਤਾ ਨਾਲ ਕਿਹਾ ਇਹੋ ਕਿ ਕਿਧਰੇ ਮੁੰਨੇ ਮੀਆਂ ਬਾਪੂ ਜੀ ਦੀ ਇੱਕ ਜੁੱਤੀ ਐ ਇੱਥੇ ਤਾਂ ਨਹੀਂ ਛੁੱਟ ਗਈ ਹਾਂ ਇਹ ਠੀਕ ਰਹੇਗਾ ਇਸ ਤਰ੍ਹਾਂ ਪੁੱਛਿਆ ਜਾ ਸਕਦਾ ਤੇ ਫਿਰ ਸਾਡੀ ਟੀਮ ਘਰ ਚੋਂ ਨਿਕਲ ਗਈ ਅਸੀਂ ਹਰ ਇੱਕ ਗਵੰਡੀ ਦਾ ਦਰਵਾਜ਼ਾ ਖੜਕਾਇਆ ਹਰੀ ਕੋਲੋਂ ਜੁੱਤੀ ਬਾਰੇ ਪੁੱਛਿਆ ਪਰ ਸਭ ਨੇ ਹੈਰਾਨੀ ਜ਼ਾਹਰ ਕੀਤੀ ਤੇ ਨਾਂਝ ਸਿਰ ਹਲਾਇਆ ਨਾਲ ਹੀ ਇਹ ਕੀਮਤੀ ਸਲਾਹ ਵੀ ਦਿੱਤੀ ਮਿਲ ਜਾਏਗੀ ਨੇੜੇ ਹੋਏਗੀ ਕਿਧਰੇ ਕੋਈ ਇੱਕ ਜੁੱਤੀ ਲੈ ਕੇ ਕੀ ਕਰੇਗਾ ਗੱਲ ਤਾਂ ਠੀਕ ਹੀ ਸੀ ਜੇ ਕਿਸੇ ਨੂੰ ਕਿਸੇ ਨੇ ਜੁੱਤੀ ਚੋਰੀ ਕਰਨੀ ਹੁੰਦੀ ਤਾਂ ਦੋਵੇਂ ਚੋਰੀ ਕਰਦਾ ਇੱਕ ਨਹੀਂ ਅਸੀਂ ਸਾਰੇ ਆਂਡ ਗਵਾਂ ਚ ਖੋਜ ਕੀਤੀ ਜੁੱਤੀ ਨਾ ਮਿਲੀ ਆਖਰ ਥੱਕ ਕੇ ਘਰ ਪਰਤ ਆਏ ਅਮੀਨੇ ਪੁੱਛਿਆ ਕਿਉਂ ਜੁੱਤੀ ਮਿਲੀ ਨਹੀਂ ਜੀ ਉਹ ਸ਼ਾਇਦ ਕਿਤੇ ਦੂਰ ਨਿਕਲ ਗਈ ਹੱਦ ਹੋ ਗਈ ਜੁੱਤੀ ਜੀਵਤ ਚੀਜ਼ ਨਹੀਂ ਹੁੰਦੀ ਕਿ ਦੂਰ ਜਾਂ ਨੇੜੇ ਜਾ ਸਕੇ ਹੁਣ ਤੁਸੀਂ ਦੱਸੋ ਅਸੀਂ ਕੀ ਕਰੀਏ ਜੁੱਤੀ ਕਿੱਥੇ ਲੱਭੀਏ ਤੁਸੀਂ ਜੋ ਕਰ ਸਕਦੇ ਸੀ ਉਹ ਕਰ ਲਿਆ ਹੁਣ ਸਬਰ ਕਰੋ ਅਮੀ ਨੇ ਖਿੱਚ ਕੇ ਕਿਹਾ ਸ਼ਾਮ ਨੂੰ ਜਦੋਂ ਅੱਬੂ ਦਫ਼ਤਰ ਤੋਂ ਵਾਪਸ ਆਏ ਤਾਂ ਉਹਨਾਂ ਨੇ ਪਹਿਲਾ ਸਵਾਲ ਇਹ ਕੀਤਾ ਜੁੱਤੀ ਮਿਲ ਗਈ ਬਿਲਕੁਲ ਵੀ ਨਹੀਂ ਮਿਲੀ ਮੁੰਨੇ ਮੀਆਂ ਨੇ ਤੁਰੰਤ ਕਿਹਾ ਕੀ ਕਹਿ ਰਹੇ ਆ ਬਿਲਕੁਲ ਨਹੀਂ ਮਿਲੀ ਮਤਲਬ ਉਹ ਥੋੜੀ ਬਹੁਤ ਮਿਲ ਸਕਦੀ ਸੀ ਅੱਬੂ ਨੇ ਹੈਰਾਨੀ ਨਾਲ ਕਿਹਾ ਉਹ ਨਹੀਂ ਜੀ ਮੇਰਾ ਇਹ ਮਤਲਬ ਨਹੀਂ ਸੀ ਹੁਣ ਕੀ ਕੀਤਾ ਜਾਏ ਨਵੀਂ ਜੁੱਤੀ ਲੈ ਉਹ ਮੁੰਨੇ ਮੀਆਂ ਨੇ ਸਲਾਹ ਦਿੱਤੀ ਪੂਰੇ 400 ਰੁਪਏ ਦੀ ਸੀ ਆਬੂ ਨੇ ਅੱਖਾਂ ਕੱਢੀਆਂ ਫਿਰ ਤੁਸੀਂ ਦੱਸੋ ਕਿ ਅਸੀਂ ਉਹਨੂੰ ਕਿੱਥੇ ਲੱਭੀਏ ਅੱਛਾ ਗੱਲ ਮੁਕਾਓ ਮੈਂ ਕੱਲ ਨਵੀਂ ਜੁੱਤੀ ਲੈ ਆਵਾਂਗਾ ਉਹ ਘਬਰਾ ਕੇ ਬੋਲੇ ਅਗਲੇ ਦਿਨ ਆਬੂ ਨਵੀਂ ਜੁੱਤੀ ਲੈ ਆਏ ਇਕਲੌਤੀ ਜੁੱਤੀ ਸਟੋਰ 'ਚ ਇੱਕ ਪਾਸੇ ਰੱਖ ਦਿੱਤੀ ਗਈ ਸੀ ਕਿਉਂਕਿ ਹੁਣ ਉਹ ਕਿਸੇ ਕੰਮ ਦੀ ਨਹੀਂ ਸੀ ਫਿਰ ਕਈ ਦਿਨ ਬੀਤ ਗਏ ਇੱਕ ਦਿਨ ਮੈਂ ਸਟੋਰ ਚ ਗਿਆ ਤਾਂ ਮੈਨੂੰ ਅਜੀਬ ਜਿਹਾ ਅਹਿਸਾਸ ਹੋਇਆ ਉਹ ਅਹਿਸਾਸ ਇਹ ਸੀ ਕਿ ਦੂਜੀ ਜੁੱਤੀ ਵੀ ਸਟੋਰ ਚ ਨਹੀਂ ਸੀ ਮੈਂ ਆਲੇ ਦੁਆਲੇ ਦੇਖਿਆ ਦੂਜੀ ਜੁੱਤੀ ਸੱਚਮੁੱਚ ਲਾਪਤਾ ਸੀ ਮੈਨੂੰ ਬਹੁਤ ਹੈਰਾਨੀ ਹੋਈ ਮੈਂ ਬਾਹਰ ਜਾ ਕੇ ਸਾਰਿਆਂ ਨੂੰ ਇਹ ਗੱਲ ਦੱਸੀ ਓਫ ਮਾਲਿਕ ਸਾਡੇ ਘਰ ਕੀ ਹੋ ਰਿਹਾ ਹੈ ਪਹਿਲਾਂ ਇੱਕ ਜੁੱਤੀ ਗਵਾਚ ਗਈ ਸੀ ਹੁਣ ਦੂਜੀ ਵੀ ਗਵਾਚ ਗਈ ਅੰਮੀ ਜਾਨ ਚਿੰਤਤ ਸਨ ਦੇਖੋ ਬਈ ਪਹਿਲਾਂ ਗੱਲ ਸਿਰਫ ਇੱਕ ਜੁੱਤੀ ਬਾਰੇ ਸੀ ਮੈਂ ਸਬਰ ਕਰ ਗਿਆ ਪਰ ਹੁਣ ਮਾਮਲਾ ਦੋਵਾਂ ਜੁੱਤੀਆਂ ਦਾ ਹੋ ਗਿਆ ਹੈ ਇਸ ਲਈ ਹੁਣ ਕੁਝ ਨਾ ਕੁਝ ਕਰਨਾ ਪਏਗਾ ਸਵਾਲ ਇਹ ਹੈ ਕਿ ਕੀ ਇਹ ਕਿਸੇ ਚੋਰ ਦਾ ਕੰਮ ਹੈ ਪਰ ਜੇ ਚੋਰ ਦਾ ਕੰਮ ਹੈ ਤਾਂ ਉਹਨੇ ਪਹਿਲਾਂ ਇੱਕ ਜੁੱਤੀ ਕਿਉਂ ਚੁੱਕੀ ਉਹ ਦੋਵੇਂ ਜੁੱਤੀਆਂ ਪਹਿਲਾਂ ਹੀ ਚੋਰੀ ਕਰ ਸਕਦਾ ਸੀ ਇਹ ਗੱਲ ਬੜੀ ਉਲਝਣ ਵਾਲੀ ਹੈ ਤੇ ਇਹਦਾ ਕੋਈ ਜਵਾਬ ਵੀ ਨਹੀਂ ਸੁਝ ਰਿਹਾ ਤੇ ਮੈਨੂੰ ਜੁੱਤੀ ਨਾਲੋਂ ਵੱਧ ਇਸ ਸਵਾਲ ਦਾ ਜਵਾਬ ਇਸ ਸਵਾਲ ਦੇ ਜਵਾਬ ਦੀ ਲੋੜ ਹੈ ਅਬੂ ਨੇ ਕਿਹਾ ਅਸੀਂ ਫੇਰ ਇਕੱਠੇ ਬੈਠ ਗਏ ਪਰ ਕਿਸੇ ਨੂੰ ਕੁਝ ਸਮਝ ਨਹੀਂ ਆਇਆ ਅਮੀ ਜਾਨ ਨੂੰ ਸਾਡੇ ਨਾਲੋਂ ਜ਼ਿਆਦਾ ਫਿਕਰ ਸੀ ਉਹਨਾਂ ਦਾ ਚਾ ਰਹੀ ਸੀ ਕਿ ਅੱਜ 400 ਰੁਪਏ ਦੀ ਜੁੱਤੀ ਚੋਰੀ ਹੋਈ ਹੈ ਕੱਲ ਨੂੰ 1000 ਰੁਪਏ ਦੀ ਕੋਈ ਚੀਜ਼ ਜਾਏਗੀ ਫਿਰ 5000 ਦੀ ਇਸ ਲਈ ਇਸ ਬਾਰੇ ਸੋਚੂ ਚੋਰ ਨੂੰ ਰੋਕਣਾ ਹੀ ਪਵੇਗਾ ਬਹੁਤ देर ਸੋਚਣ ਤੋਂ ਬਾਅਦ ਵੀ ਕਿਸੇ ਦੀ ਸਮਝ ਕੁਝ ਨਹੀਂ ਆਇਆ ਅਖੀਰ ਹੌਲੀ-ਹੌਲੀ ਅਸੀਂ ਦੋਵੇਂ ਜੁੱਤੀਆਂ ਭੁੱਲ ਗਏ ਇੱਕ ਦਿਨ ਮੈਂ ਇੱਕ ਭਿਖਾਰੀ ਨੂੰ ਦੇਖਿਆ ਤਾਂ ਮੇਰਾ ਤਰਾ ਨਿਕਲ ਗਿਆ ਅਬੋਦਿਆਂ ਦੋਨੀਆਂ ਜੁੱਤੀਆਂ ਉਹਦੇ ਦੋਹਾਂ ਪੈਰਾਂ 'ਚ ਸੀ ਤੇ ਉਹ ਬਹੁਤ ਦਰਦਨਾਕ ਢੰਗ ਨਾਲ ਭੀਖ ਮੰਗ ਰਿਹਾ ਸੀ ਮੈਂ ਇੱਕ ਵਾਰ ਫਿਰ ਜੁੱਤੀ ਵੱਲ ਧਿਆਨ ਨਾਲ ਦੇਖਿਆ ਉਹੀ ਸਨ ਜਿਨ੍ਹਾਂ ਚੋਂ ਪਹਿਲਾਂ ਇੱਕ ਗਵਾਚ ਗਈ ਫਿਰ ਦੂਜੀ ਮੈਂ ਕੁਝ ਸੋਚਿਆ ਤੇ ਉਸ ਕੋਲ ਪੁੱਛਿਆ ਖਾਣਾ ਖਾਓਗੇ ਭੁੱਖੇ ਨੂੰ ਕੀ ਚਾਹੀਦਾ ਦੋ ਰੋਟੀਆਂ ਅੰਨੇ ਨੂੰ ਕੀ ਚਾਹੀਦਾ ਦੋ ਅੱਖਾਂ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ ਭਿਖਾਰੀ ਨੇ ਖੁਸ਼ੀ ਨਾਲ ਕਿਹਾ ਅੰਦਰ ਆ ਜਾਓ ਮੈਂ ਕਿਹਾ ਤੇ ਡਰਾਇੰਗ ਰੂਮ ਵਿੱਚ ਬਿਠਾ ਕੇ ਘਰ 'ਚ ਵੜ ਗਿਆ ਮੈਂ ਆਪਣੇ ਦੋਵੇਂ ਹੱਥ ਆਪਣੇ ਮੂੰਹ ਤੇ ਰੱਖ ਕੇ ਹੌਲੀ ਜਿਹਾ ਮੈਂ ਮੈਦਾਨ ਮਾਰ ਲਿਆ ਪਰ ਕਿਹੜਾ ਮੈਦਾਨ ਮੁੰਨੇ ਮੀਆਂ ਨੇ ਹੈਰਾਨੀ ਨਾਲ ਪੁੱਛਿਆ ਜੁੱਤੀਆਂ ਦਾ ਮੈਦਾਨ ਕੀ ਕਿਹਾ ਜੁੱਤੀਆਂ ਦਾ ਮੈਦਾਨ ਇਸ ਮੈਦਾਨ ਦਾ ਨਾਮ ਮੈਂ ਜ਼ਿੰਦਗੀ ਚ ਪਹਿਲੀ ਵਾਰ ਸੁਣਿਆ ਤੂੰ ਕਿਵੇਂ ਮਾਰ ਲਿਆ ਅਬੂ ਨੇ ਖਬਰਾਟ ਨਾਲ ਕਿਹਾ ਤੁਸੀਂ ਸਮਝੇ ਨਹੀਂ ਅਬੂ ਜੀ ਜੁੱਤੀਆਂ ਦੇ ਮੈਦਾਨ ਦਾ ਮਤਲਬ ਹੈ ਤੁਹਾਡੀਆਂ ਗੁਆਚੀਆਂ ਜੁੱਤੀਆਂ ਦਾ ਮੈਦਾਨ ਕੀ ਕਿਹਾ ਗੁੰਮ ਹੋਈਆਂ ਜੁੱਤੀਆਂ ਉਹ ਵਾਲੀਆਂ ਹਾਂਜੀ ਉਹੀ ਡਰਾਈਂਗ ਰੂਮ ਚ ਇੱਕ ਭਿਖਾਰੀ ਐ ਉਹਦੇ ਦੋਵੇਂ ਪੈਰਾਂ ਚ ਦੋਵੇਂ ਜੁੱਤੀਆਂ ਕੀ 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 ਪਰ ਉਹ ਡਰਾਈਂਗ ਰੂਮ ਚ ਕਿਉਂ ਬੈਠਾ ਐ ਅੱਬੂ ਨੇ ਪੈਂਥਲ ਕੇ ਕਿਹਾ ਮੈਂ ਉਹਨੂੰ ਖਾਣਾ ਖਵਾਉਣ ਦੇ ਬਹਾਨੇ ਬਿਠਾਤਾ ਐ ਹੱਦ ਹੋ ਗਈ ਇੱਕ ਤਾਂ ਉਹਨੇ ਸਾਡੀਆਂ ਜੁੱਤੀਆਂ ਚੋਰੀ ਕੀਤੀਆਂ ਉਦੋਂ ਅਸੀਂ ਇਹਨੂੰ ਖਾਣਾ ਵੀ ਖਵਾਈਏ ਅੰਮੀ ਜੀ ਤਪਕੇ ਬੋਲੇ ਓਹੋ ਬਈ ਹੁਣ ਇਸ ਗਰੀਬ ਨਾਲ ਜੁੱਤੀਆਂ ਬਾਰੇ ਗੱਲ ਕਰਨ ਦੀ ਲੋੜ ਨਹੀਂ ਨੰਗੇ ਪੈਰੀ ਹੋਏਗਾ ਤਾਂ ਲੈ ਗਿਆ ਜੁੱਤੀਆਂ ਅੱਬੂ ਨੇ ਕਿਹਾ ਕੀ ਕਹਿ ਰਹੇ ਹੋ ਤੁਸੀਂ ਕਿਵੇਂ ਲੈ ਗਿਆ ਇਸ ਤੇ ਵੀ ਧਿਆਨ ਦਿਓ ਨਾ ਪਹਿਲਾ ਇੱਕ ਜੁੱਤੀ ਕਿਉਂ ਲੈ ਗਿਆ ਤੇ ਇੱਕੋ ਵਾਰ ਦੋਵੇਂ ਜੁੱਤੀਆਂ ਕਿਉਂ ਨਹੀਂ ਲੈ ਗਿਆ ਅੰਮੀ ਜਾਨ ਨੇ ਬੁਰਾ ਮੂੰਹ ਬਣਾ ਲਿਆ ਕੋਈ ਮਜਬੂਰੀ ਹੋਏਗੀ ਸ਼ੌਕੀ ਤੂੰ ਉਹਨੂੰ ਰੋਟੀ ਪਾਣੀ ਦੇ ਤੇ ਰੁਖਸਤ ਕਰ ਮਤਲਬ ਤੁਸੀਂ ਨਹੀਂ ਚਾਹੁੰਦੇ ਕਿ ਅਸੀਂ ਉਹ ਤੋਂ ਜੁੱਤੀਆਂ ਬਾਰੇ ਪੁੱਛੀਏ ਨਹੀਂ ਬਿਲਕੁਲ ਨਹੀਂ ਇਹ ਮਾੜੀ ਗੱਲ ਹੈ ਕਿ ਇੱਕ ਜੁੱਤੀ ਦੇ ਜੋੜੇ ਲਈ ਅਸੀਂ ਉਹਨੂੰ ਉਸ ਦੀਆਂ ਨਜ਼ਰਾਂ 'ਚ ਗਿਰਾਈਏ ਨਹੀਂ ਬਿਲਕੁਲ ਨਹੀਂ ਉਹ ਵੀ ਇਨਸਾਨ ਹੈ ਬਸ ਉਹਨੂੰ ਖਾਓ ਪਿਲਾਓ ਭੇਜ ਦਿਓ ਅਬੂ ਜੀ ਨੇ ਛੇਤੀ ਜਤੀ ਕਿਹਾ ਜੀ ਠੀਕ ਹੈ ਫਿਰ ਮੈਂ ਤੇ ਮੁੰਨੇ মিয়া ਖਾਣੇ ਦੀ ਟ੍ਰੇ ਤੇ ਪਾਣੀ ਦਾ ਜੱਗ ਭਰ ਕੇ ਅੰਦਰ ਲੈ ਗਏ ਉਹਦਾ ਚਿਹਰਾ ਹੈਰਾਨੀ ਨਾਲ ਭਰਿਆ ਸੀ ਕੀ ਗੱਲ ਹੋਈ ਖੈਰ ਤਾਂ ਹੈ ਨਾ ਕਿ ਤੁਸੀਂ ਇੱਥੇ ਸ਼ੇਰ ਦੇਖਿਆ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਉਹਨੇ ਖੁਸ਼ੀ ਨਾਲ ਕਿਹਾ ਕਿ ਮਤਲਬ ਇਸ ਬਾਰੇ ਕੋਈ ਸ਼ੱਕ ਨਹੀਂ ਕਿ ਮੈਂ ਪਿੱਛੇ ਮੈਂ ਪੁੱਛੇ ਬਿਨਾ ਨਹੀਂ ਰਹਿ ਸਕਿਆ ਮੈਨੂੰ ਇੱਥੇ ਇੱਕ ਸ਼ੇਰ ਨਜ਼ਰ ਆ ਗਿਆ ਵੈਸੇ ਤੁਹਾਡਾ ਇਸ ਸ਼ੇਰ ਨਾਲ ਕੀ ਰਿਸ਼ਤਾ ਹੈ ਤੁਸੀਂ ਆਪਣੇ ਘਰ 'ਚ ਇਸ ਸ਼ੇਰ ਦੀ ਤਸਵੀਰ ਕਿਉਂ ਲਾਈ ਹੈ हद होगी ਵੀ ਤੁਸੀਂ ਕਿਹੜੇ ਸ਼ੇਰ ਦੀ ਤਸਵੀਰ ਦੀ ਗੱਲ ਕਰ ਰਹੇ ਹੋ ਮੁੰਨੇ ਮੀਆਂ ਤੰਗ ਪੈ ਕੇ ਬੋਲੇ ਇਹੀ ਜੋ ਸਾਹਮਣੇ ਆ ਨਜ਼ਰ ਆ ਰਹੀ ਹੈ ਉਹਨੇ ਉਂਗਲ ਨਾਲ ਸਾਡੇ ਅੱਬੂ ਜੀ ਵੱਲ ਇਸ਼ਾਰਾ ਕੀਤਾ ਹੱਦ ਹੋ ਗਈ ਇਹ ਸ਼ੇਰ ਨਹੀਂ ਸਾਡੇ ਅੱਬੂ ਜੀ ਦੀ ਹੈ ਤੁਹਾਡੀ ਨਜ਼ਰ ਕਮਜ਼ੋਰ ਲੱਗਦੀ ਹੈ ਕਿ ਤੁਹਾਨੂੰ ਮੇਰੀਆਂ ਅੱਖਾਂ ਤੇ ਐਨਕਾ ਨਜ਼ਰ ਆ ਰਹੀਆਂ ਨਹੀਂ ਨਹੀਂ ਜੀ ਖੈਰ ਤੁਹਾਨੂੰ ਗਲਤਫਹਿਮੀ ਹੋਈ ਹੈ ਇਹ ਸਾਡੇ ਪਿਤਾ ਜੀ ਦੀ ਤਸਵੀਰ ਹੈ ਕਿਸੇ ਸ਼ੇਰ ਦੀ ਨਹੀਂ ਮੈਂ ਨਰਮ ਆਵਾਜ਼ ਚ ਕਿਹਾ ਪਰ ਇਹ ਹੈਗੇ ਸ਼ੇਰ ਹੀ ਨਹੀਂ ਪਹਿਲਾ ਮੈਨੂੰ ਇੱਕ ਦਿਨੇ ਇੱਕ ਜੁੱਤੀ ਦੇ ਗਏ ਕੁਝ ਦਿਨਾਂ ਬਾਅਦ ਦੂਜੀ ਜੁੱਤੀ ਵੀ ਦੇ ਗਏ ਕੀ ਕਿ ਮੈਂ ਤੇ ਮੁੰਨੇ ਮੀਆਂ ਚੀ ਇਕੱਠੇ ਸਾਡੇ ਚਿਕਨ ਦੀ ਆਵਾਜ਼ ਸੁਣ ਕੇ ਸਾਰੇ ਘਰ ਵਾਲੇ ਆਲੇ ਦੁਆਲੇ ਇਕੱਠੇ ਹੋ ਗਏ ਫਿਰ ਜੋ ਮੈਂ ਉਹਨਾਂ ਦੀ ਭਖਾਰੀ ਦੀ ਸਾਰੀ ਗੱਲ ਦੱਸੀ ਉਹ ਸਾਡੇ ਦੋਹਾਂ ਨਾਲੋਂ ਵੀ ਵੱਧ ਜ਼ੋਰ ਨਾਲ ਕੀ ਕੀ ਕਰਨ ਲੱਗ ਪਏ ਦੂਜੇ ਪਾਸੇ ਅੱਬੂ ਅਜੀਬ ਜੇ ਢੰਗ ਨਾਲ ਮੁਸਕਰਾ ਰਹੇ ਸਨ ਤੁਹਾਨੂੰ ਇਸ ਤਰ੍ਹਾਂ ਕਰਨ ਦੀ ਲੋੜ ਕਿਉਂ ਪਈ ਤੁਹਾਡੀ ਮਾਂ ਦੇ ਡਰ ਕਾਰਨ ਮੈਂ ਸੋਚਿਆ ਇਹ ਮੈਨੂੰ ਕਈ ਦਿਨ ਪਰੇਸ਼ਾਨ ਕਰੇਗੀ ਹੁਣ ਤੱਕ ਤੁਸੀਂ ਦੇਖ ਹੀ ਲਿਆ ਮੇਰੇ ਇਸ ਤਰ੍ਹਾਂ ਕਰਨ ਨਾਲੋਂ ਮੈਨੂੰ ਇੱਕ ਸ਼ਬਦ ਵੀ ਨਹੀਂ ਕਹਿ ਸਕੀ ਜੇਕਰ ਇਹ ਹਜ਼ਰਤ ਇਤਫਾਕ ਨਾਲ ਇਸ ਪਾਸੇ ਨਾ ਆਉਂਦੇ ਤੇ ਇਹ ਗੱਲ ਰਹੱਸੀ ਰਹਿ ਜਾਂਦੀ ਅੰਮੀ ਦੀਆਂ ਨਜ਼ਰਾਂ ਝੁੱਕ ਗਈਆਂ ਉਹਨਾਂ ਨੂੰ ਗੱਲ ਗਲ ਤੇ ਅੱਬੂ ਨੂੰ ਰੋਕਣਾ ਯਾਦ ਆ ਰਿਹਾ ਸੀ ਅਜੇ ਚ ਅਸੀਂ ਭਿਖਾਰੀ ਸਾਹਿਬ ਦੀ ਆਵਾਜ਼ ਸੁਣੀ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਜ ਕੇ ਖਾਣਾ ਖਾਇਆ ਮੈਂ ਗਲਤ ਨਹੀਂ ਕਿਹਾ ਸੀ ਇਸ ਸਾਡੇ ਮੋਟ ਸ਼ੇਰ ਦੀ ਤਸਵੀਰ ਹੈ ਧੰਨਵਾਦ